ਸਤਿ ਸ਼੍ਰੀ ਅਕਾਲ, ਵੈਲਕਮ ਟੂ ਬਲੂਬਰਡ ਰਿਵੋ। ਮੈਂ ਹਾਂ ਜਤਿੰਦਰ ਸਿੰਘ। ਅੱਜ ਤੁਹਾਡੇ ਨਾਲ ਇੱਕ ਸਪੈਸ਼ਲ ਕੇਸ ਡਿਸਕਸ ਕਰਨ ਲੱਗੇ ਹਾਂ, ਤੁਹਾਡੇ ਨਾਲ ਪ੍ਰੋਫਾਈਲ ਡਿਸਕਸ ਕਰਨ ਲੱਗੇ ਹਾਂ ਸ਼ੈਂਗਨ ਵੀਜ਼ਾ ਦੀ, ਕਿਉਂਕਿ ਰੀਸੈਂਟ 'ਚ ਅਜੇ ਸਾਡੇ 2 ਵੀਜ਼ਾ ਆਏ ਨੀਦਰਲੈਂਡ ਦੇ। ਅਤੇ ਸਪੈਸ਼ਲ ਕਿਉਂ ਨੇ, ਕਿਉਂਕਿ ਕਾਫੀ ਵਾਰੀ ਇਹ ਚੀਜ਼ਾਂ ਹੁੰਦੀਆਂ ਨੇ ਕਿ ਅਸੀਂ ਸੋਚਦੇ ਹਾਂ ਕਿ ਵੀਜ਼ਾ ਕਿਸ ਤਰੀਕੇ ਨਾਲ ਆਉਂਦੇ ਨੇ, ਅਤੇ ਆਪਾਂ ਕਈ ਵਾਰ ਗੱਲ ਕੀਤੀ ਹੈ ਕਿ ਸਹੀ ਫਾਈਲਿੰਗ ਜੋ ਹੈ ਤੁਹਾਨੂੰ ਵੀਜ਼ਾ ਦਵਾ ਸਕਦੀ ਹੈ। ਡਿਪੈਂਡ ਕਰਦਾ ਹੈ ਕਿ ਤੁਸੀਂ ਆਪਣੇ ਡਾਕੂਮੈਂਟ ਕੀ ਲਾ ਰਹੇ ਹੋ, ਤੁਹਾਡੇ ਪ੍ਰੋਫਾਈਲ ਕਿਵੇਂ ਹੈ। ਜੇ ਪ੍ਰੋਫਾਈਲ ਵਧੀਆ ਹੈ ਤਾਂ ਤੁਹਾਨੂੰ ਵੀਜ਼ਾ ਮਿਲ ਸਕਦਾ ਹੈ। ਇਹ ਕੇਸ ਹੈ ਇੱਕ ਸਾਡੇ ਇੱਥੋਂ ਲੋਕਲ ਪਾਣੀਪਤ ਤੋਂ ਹੀ ਨੇ, ਕੁਨਾਲ ਲੋਂਬਾ। ਇਹ ਕੁਨਾਲ ਲੋਂਬਾ ਜੋ ਨੇ ਇਹ ਸਿੰਗਲ ਨੇ, ਅਤੇ ਇਹਨਾਂ ਦੀ ਸਿਸਟਰ ਜੋ ਹੈ ਮੈਰਿਡ ਹੈ। ਇਹਨਾਂ ਦੋਵਾਂ ਨੇ ਇਕੱਠੇ ਇੱਕ ਟਰੈਵਲ ਪਲਾਨ ਕਰਕੇ ਵੀਜ਼ਾ ਅਪਲਾਈ ਕੀਤਾ ਸੀ ਨੀਦਰਲੈਂਡ ਕੌਂਸਲੇਟ ਦੇ ਵਿੱਚ। ਦੋਵਾਂ ਨੂੰ ਵੀਜ਼ਾ ਮਿਲ ਗਿਆ ਨੀਦਰਲੈਂਡ ਦਾ, ਅਤੇ ਵੀਜ਼ਾ ਇਹਨਾਂ ਨੂੰ ਈਜ਼ਲੀ ਮਿਲ ਗਿਆ, ਫਸਟ ਅਟੈਂਪਟ ਦੇ ਵਿੱਚ ਮਿਲ ਗਿਆ। ਅਤੇ ਗੱਲ ਮੈਂ ਇਸ ਕਰਕੇ ਸ਼ੇਅਰ ਕਰ ਰਿਹਾ ਕਿ ਕਈ ਵਾਰ ਲੱਗਦਾ ਕਿ ਸਿੰਗਲ ਪ੍ਰੋਫਾਈਲ ਨੂੰ ਵੀਜ਼ਾ ਨਹੀਂ ਮਿਲਦਾ, ਬਟ ਸਹੀ ਫਾਈਲਿੰਗ ਤੁਹਾਨੂੰ ਵੀਜ਼ਾ ਦਵਾ ਸਕਦੀ ਹੈ। ਸਹੀ ਤਰੀਕੇ ਨਾਲ ਤੁਸੀਂ ਕਵਰ ਲੈਟਰ 'ਚ ਜੇ ਮੈਂਸ਼ਨ ਕਰ ਦਿੰਦੇ ਹੋ, ਬਟ ਤੁਹਾਡੀ ਪ੍ਰੋਫਾਈਲ ਸਟਰੋਂਗ ਹੋਣੀ ਚਾਹੀਦੀ ਹੈ। ਪ੍ਰੋਫਾਈਲ ਸਟਰੋਂਗ ਹੈ, ਤੁਹਾਨੂੰ ਸਹੀ ਫਾਈਲਿੰਗ, ਸਹੀ ਕਵਰ ਲੈਟਰ, ਸਹੀ ਆਈਟਨਰੀ ਜੋ ਵੀਜ਼ਾ ਦਵਾ ਸਕਦੀ ਹੈ। ਇਸ ਤਰੀਕੇ ਨਾਲ ਜੇ ਤੁਸੀਂ ਵੀ ਸਿੰਗਲ ਹੋ ਬਟ ਤੁਹਾਡੇ ਕੋਲ ਵੀਜ਼ਾ ਦੇ ਤੁਹਾਨੂੰ ਲੱਗਦਾ ਚਾਂਸ ਘੱਟ ਹੋ ਸਕਦੇ ਨੇ, ਤਾਂ ਤੁਸੀਂ ਆਪਣੇ ਨਾਲ ਕਿਸੇ ਨੂੰ ਸਪੋਰਟ ਕਰਕੇ ਨਾਲ ਕਿਸੇ ਹੋਰ ਦਾ ਟਰੈਵਲ ਲਿਖਾ ਸਕਦੇ ਹੋ। ਟਰੈਵਲ ਦੇ ਵਿੱਚ ਤੁਹਾਡਾ ਬ੍ਰਦਰ ਸਿਸਟਰ ਹੋ ਸਕਦੇ ਨੇ ਜੋ ਮੈਰਿਡ ਹੈ, ਨਾਲ ਤੁਹਾਡੇ ਮਦਰ ਜਾਂ ਫਾਦਰ ਹੋ ਸਕਦੇ ਨੇ। ਤੁਸੀਂ ਇਹਨਾਂ ਦੇ ਨਾਲ ਕੰਬਾਈਨ ਟਰੈਵਲ ਦਿਖਾ ਕੇ ਵੀਜ਼ਾ ਲੈ ਸਕਦੇ ਹੋ, ਬੇਸ਼ਰਤੇ ਤੁਹਾਡੀ ਪ੍ਰੋਫਾਈਲ ਵਧੀਆ ਹੋਵੇ। ਤੁਸੀਂ ਕਿਸੇ ਕੰਮ ਕਰ ਰਹੇ ਹੋ, ਤੁਸੀਂ ਕੋਈ ਜੌਬ ਕਰ ਰਹੇ ਹੋ, ਬਿਜ਼ਨਸ ਕਰ ਰਹੇ ਹੋ, ਪਰੂਫ ਜ਼ਰੂਰ ਹੋਣੇ ਚਾਹੀਦੇ ਆ। ਸਟੂਡੈਂਟਸ ਨੂੰ ਮਿਲਣਾ ਔਖਾ, ਜੇ ਤੁਸੀਂ ਸਟੂਡੈਂਟ ਹੋ ਸੋਚ ਰਹੇ ਹੋ ਕਿ ਪੇਰੈਂਟਸ ਨਾਲ ਜਾਂ ਬ੍ਰਦਰ ਸਿਸਟਰ ਨਾਲ ਲਾਵਾਂਗੇ, ਚਾਂਸ ਘੱਟ ਨੇ। ਬਟ ਜੇ ਤੁਸੀਂ ਵਰਕਿੰਗ ਹੋ, ਤੁਹਾਡੇ ਕੋਲ ਵਰਕਿੰਗ ਪਰੂਫ ਹੈਗੇ ਨੇ, ITR ਪੇ ਕਰ ਰਹੇ ਹੋ, ਬੈਲੈਂਸ ਤੁਹਾਡਾ ਆਪਣਾ, ਤੁਸੀਂ ਇੰਡੀਪੈਂਡੈਂਟ ਹੋ, ਤੁਸੀਂ ਆਪਣੇ ਖਰਚੇ ਆਪ ਬੀਅਰ ਕਰਦੇ ਹੋ, ਤੁਸੀਂ ਆਪਣੀ ਕੋਸਟ ਆਪ ਬੀਅਰ ਕਰ ਸਕਦੇ ਹੋ ਟਰੈਵਲ ਦੀ, ਦੈਨ ਜੇ ਤੁਸੀਂ ਸਿੰਗਲ ਹੋ ਅਤੇ ਨਾਲ ਆਪਣੇ ਪੇਰੈਂਟਸ ਦੀ ਬ੍ਰਦਰ ਸਿਸਟਰ ਦੀ ਫਾਈਲਿੰਗ ਕਰਕੇ ਤੁਸੀਂ ਵੀਜ਼ਾ ਲੈ ਸਕਦੇ ਹੋ, ਵੀਜ਼ਾ ਮਿਲ ਸਕਦਾ ਹੈ। ਬੇਸ਼ਰਤ ਇਹ ਹੈ ਕਿ ਤੁਹਾਡੀ ਜੋ ਫਾਈਲਿੰਗ ਹੈ ਉਹ ਸਹੀ ਤਰੀਕੇ ਨਾਲ ਹੋ ਜਾਏ, ਕਵਰ ਲੈਟਰ ਤੁਸੀਂ ਸਹੀ ਤਰੀਕੇ ਨਾਲ ਲਿਖ ਦਿਉ, ਆਈਟਨਰੀ ਤੁਹਾਡੀ ਪ੍ਰੋਪਰ ਬਣ ਜਾਏ। ਮੈਂ ਇੱਕ ਵੀਡੀਓ ਜੇ ਤੁਹਾਨੂੰ ਮਿਲੀ ਹੈ ਕਵਰ ਲੈਟਰ ਦੀ ਵੀ ਅਤੇ ਆਈਟਨਰੀ ਦੀ ਵੀ, ਮੈਂ ਸਾਫ਼ ਕਿਹਾ ਉਹਦੇ ਵਿੱਚ ਕਿ ਤੁਹਾਡੀ ਆਈਟਨਰੀ ਕਵਰ ਲੈਟਰ ਤਾਂ ਕੰਮ ਕਰਦੀ ਹੈ ਜੇ ਤੁਹਾਡੀ ਪ੍ਰੋਫਾਈਲ ਵਧੀਆ, ਕਿਉਂਕਿ ਕਾਫੀ ਲੋਕ ਇਹ ਵੀ ਕਹਿ ਦਿੰਦੇ ਆ ਕਿ ਕਵਰ ਲੈਟਰ ਆਈਟਨਰੀ ਵਧੀਆ ਹੋ ਜਾਵੇ, ਪ੍ਰੋਫਾਈਲ ਜਿਵੇਂ ਦੀ ਮਰਜ਼ੀ ਹੋਵੇ ਵੀਜ਼ਾ ਮਿਲ ਜਾਂਦਾ। ਨਹੀਂ, ਕਵਰ ਲੈਟਰ ਆਈਟਨਰੀ ਸਿਰਫ ਤੁਹਾਨੂੰ ਸਪੋਰਟ ਕਰਦੀ ਹੈ, ਤੁਹਾਡਾ ਪਰਪਸ ਆਫ ਟਰੈਵਲ ਤੁਹਾਡੀ ਕਲੀਅਰ ਕਰਦੀ ਹੈ, ਤੁਸੀਂ ਇਹ ਤੁਹਾਡੀ ਫਾਈਲ ਹੈ ਉਹ ਸਹੀ ਤਰੀਕੇ ਨਾਲ ਪ੍ਰੈਜੈਂਟ ਕਰਦੀ ਹੈ। ਪਰ ਵੀਜ਼ਾ ਜੋ ਮਿਲਣਾ ਉਹ ਤੁਹਾਨੂੰ ਪ੍ਰੋਫਾਈਲ ਨੂੰ ਹੀ ਮਿਲਣਾ, ਤੁਹਾਡੀ ਪ੍ਰੋਫਾਈਲ ਕੀ ਕਹਿੰਦੀ ਹੈ, ਤੁਸੀਂ ਵਰਕਿੰਗ ਹੋ, ਤੁਸੀਂ ਕਿੰਨਾ ਕਮਾ ਰਹੇ ਹੋ, ਤੁਹਾਡੇ ਇੰਡੀਆ ਵਾਪਸ ਆਉਣ ਦੇ ਕਿੰਨੇ ਪਰਸੈਂਟ ਚਾਂਸ ਨੇ, ਇਹ ਸਾਰੀਆਂ ਚੀਜ਼ਾਂ ਜੇ ਸਟਰੋਂਗ ਹੁੰਦੀਆਂ ਨੇ ਤੁਹਾਨੂੰ ਵੀਜ਼ਾ ਮਿਲ ਸਕਦਾ ਹੈ। ਜੇ ਸਾਰਾ ਕੁਝ ਤੁਹਾਡਾ ਸਟਰੋਂਗ ਹੈ ਤੁਹਾਨੂੰ ਵੀਜ਼ਾ ਮਿਲ ਸਕਦਾ ਹੈ। ਇਸ ਕਰਕੇ ਆਪਣੀ ਪ੍ਰੋਫਾਈਲ ਨੂੰ ਦੇਖੋ, ਜੇ ਪ੍ਰੋਫਾਈਲ ਵਧੀਆ ਦੈਨ ਹੀ ਅਪਲਾਈ ਕਰੋ। ਆਪਣਾ ਸ਼ੈਂਗਨ ਵੀਜ਼ਾ ਤੁਸੀਂ ਅਪਲਾਈ ਕਰਵਾ ਸਕਦੇ ਹੋ ਸਾਡੀ ਟੀਮ ਦੇ ਕੋਲੋਂ ਵੀ। ਅਤੇ ਵੀਡੀਓ ਚੰਗੀ ਲੱਗੀ ਹੋਵੇ ਇਹਨੂੰ ਲਾਈਕ ਐਂਡ ਸ਼ੇਅਰ ਪਲੀਜ਼ ਜ਼ਰੂਰ ਕਰ ਦੇਣਾ, ਅਤੇ ਚੈਨਲ ਜੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦੇਣਾ। ਮਿਲਦੇ ਹਾਂ ਫਿਰ ਆਪਾਂ ਇੱਕ ਨੈਕਸਟ ਵੀਡੀਓ 'ਚ, ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।